ਰਾਈ ਕਿਵੇਂ ਲੱਗੀ ਸਨੋ ਕੈਨੇਡਾ ਦੀ ਬੈਸਟ ਵੈਰੀ ਬੈਸਟ ਲੁਕਿੰਗ ਗੁੱਡ ਕਹਿੰਦੇ ਮੁੰਡੇ ਬੈਸਟ ਬਾਈ ਪਹੁੰਚ ਗਏ ਹੈ ਬੈਸਟ ਬਾਈ ਆ ਗਏ ਜੀ ਸਨੋ ਦਾ ਆਨੰਦ ਲੈਂਦੇ ਲੈਂਦੇ ਇੱਧਰ ਦੇਖੋ ਆਪਣਾ ਲੱਕ ਹੀ ਰਹਿਣਾ ਇੱਧਰ ਵੀਡੀਓ ਬਣ ਰਹੀਆਂ ਨੇ ਆ ਰਾਜਾ ਜੀ ਸਾਡੇ ਆ ਪਹਿਲਾ ਦੀ ਰਾਜਾ ਦਾ ਬਾਲਾ ਸੈੱਟ ਰਹਿੰਦਾ ਬਾਈ ਸਨੋ ਵੱਧ ਗਈ ਕਹਿੰਦੇ ਅੱਜ ਮੁੰਡੇ ਸਨੋ ਦੇਖਣ ਆਏ ਆ ਹਾਂ ਹਾਂ ਸਨੋ ਦੇਖਣੀ ਮੁੰਡੇ ਕਹਿੰਦੇ ਰਾਤ ਨੂੰ ਅੱਜ ਸਨੋ ਦੇਖਣ ਆਏ ਰਾਜਾ ਅੱਜ ਬਹੁਤ ਪੈ ਰਹੀ ਬਾਈ ਕਿੱਧਰ ਕਿੱਥੇ ਚੱਲੇ ਅੱਜ ਆਪਾਂ ਹਾਂਜੀ ਕਿੱਥੇ ਚੱਲੇ ਅੱਜ ਬੈਸਟ ਬਾਈ ਜਾ ਰਹੇ ਆ ਕਹਿੰਦੇ ਅੱਜ ਬੈਸਟ ਬਾਈ ਲੁੱਟਣਾ ਸੀ ਅੱਜ ਬੈਸਟ ਬਾਈ ਫੋਨ ਲੈਣਾ ਵੇ ਰਾਤ ਨੂੰ ਕਹਿੰਦੇ ਅੱਜ ਆਈ ਪ੍ਰੋ ਮੈਕਸ ਇਧਰੋਂ ਠੰਡ ਦਾ ਨਜ਼ਾਰਾ ਆ ਰਿਹਾ ਬਾਈ ਮੈਂ ਬਹੁਤ ਹਾਂ ਰਾਈ ਕਿਵੇਂ ਲੱਗੀ ਸਨੋ ਕੈਨੇਡਾ ਦੀ ਬੈਸਟ ਵੈਰੀ ਬੈਸਟ ਮੁੰਡੇ ਬੈਸਟ ਬਾਈ ਪਹੁੰਚ ਗਏ ਹੈ ਬੈਸਟ ਬਾਈ ਆ ਗਈ ਜੀ ਸਨੋ ਦਾ ਆਨੰਦ ਲੈਂਦੇ ਲੈਂਦੇ ਇੱਧਰ ਦੇਖੋ ਆਪਣਾ ਲੱਕ ਵੀ ਰਹਿਣਾ ਇੱਧਰ ਵੀਡੀਓ ਬਣ ਰਹੀਆਂ ਨੇ ਆ ਰਾਜਾ ਜੀ ਸਾਡੇ ਆ ਚੱਲੇ ਆ ਦੇਖੋ ਆਨੰਦ ਲੈਂਦੇ ਆ ਪੂਰਾ ਦੱਬਦੇ ਕਿਸੇ ਕੋਲੋਂ ਬੈਸਟ ਬਾਈ ਆ ਰਾਜਾ ਜੀ ਭਾਜੀ ਕਿਹੜਾ ਫੋਨ ਲੈਣਾ ਹੋਏ ਅੱਜ ਆਪਾਂ 15 ਪ੍ਰੋ ਲੈਣਾ ਬ੍ਰੋ ਪੱਕੀ ਗੱਲ ਆ ਕੈਸ਼ ਤੇ ਨਹੀਂ 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 ਵੀਰ ਆਪਾਂ ਉਹਦੇ ਕਹਿੰਦੇ ਨਾਲੇ ਇਹ ਕੈਨੇਡਾ ਦੀ ਸਰਕਾਰ ਕਹਿੰਦੀ ਆ ਸਾਰਾ ਕੈਸ਼ ਤੇ ਲੈਣ ਲੱਗ ਗਏ ਬੈਂਕ ਨੂੰ ਕਮਾਈ ਕਿੱਥੋਂ ਹੋਊਗੀ ਲੋ ਬਾਈ ਹੁਣ ਤੁਹਾਨੂੰ ਜਾ ਕੇ ਬੈਸਟ ਬਾਈ ਦੇ ਅੰਦਰ ਮਿਲਦੇ ਆ ਫੇਰ ਤੁਹਾਨੂੰ ਦਿਖਾਉਣੇ ਆ ਵੀ ਜੇ ਰਾਜਦੀਪ ਅੱਜ ਪਾਰਟੀ ਕਰਦਾ ਤਾਂ ਫਿਰ ਅੱਜ ਚੱਲਾਂਗੇ ਹਾਂ ਬਾਈ ਰਾਜਦੀਪ ਦੇ ਫੋਨ ਫੋਨ ਹੁਣ ਦੇਖ ਰਹੇ ਆ ਬਸ ਦੇਖਦੇ ਕੀ ਬਣਦਾ ਕੱਟ ਬੜਾ ਸਿਰਿਆ ਤੇਰਾ ਮੈਂ ਸਿਰਾ ਲਾਇਆ ਹੋਇਆ ਬਸ ਫਿਰ ਕੀ ਪੁੱਛਦੀ ਰੱਖੀ ਨਾਲ ਲਾਡੀ ਹੋਣੀ ਪਹੁੰਚ ਗਿਆ ਮੇਰੇ ਬੈਸਟ ਬਾਈ ਪਹੁੰਚ ਗਿਆ ਅੱਜ ਕਿਹੜੀਆਂ ਥੋੜੋ ਕਿਹਾ ਸੀ ਮੈਂ ਮੈਂ ਤਾਂ ਦੂਆ ਕਿਹਾ ਸੀ ਕੋਈ ਬੇਕਾਰ ਜੀ ਕੰਪਨੀ ਉਹ ਵੇਖ ਲੈਣੇ ਕਿੱਥੇ ਆ ਕਹੂਗੀ ਉਹ ਕਿਤੇ ਮੈਂ ਤਾਂ ਆ ਵਧੀਆ ਹੁੰਦਾ ਨੇ ਫਿਲਿਪਸ ਦਾ ਵੀ ਵਧੀਆ ਹੁੰਦਾ ਉਹਦਾ ਗੁਰਪਿੰਦਰ ਇੱਕ ਵਾਰ ਲੈਣਾ ਬਾਈ ਹਾਂ ਦੇਖ ਅੰਦਰ ਕੀ ਕੀ ਆ ਇਹ ਸਿਰ ਕੰਗੇ ਵੀ ਹੋਣਗੇ ਨਾਲ ਆ ਬਾਈ ਰਾਜਦੀਪ ਹੁਣ ਕੀ ਦਿਖਾਉਣਾ ਫਿਰ ਕਿਸ਼ਤਾਂ ਤੇ ਕਹਿ ਦਿੰਦੇ ਹੁੰਦੇ ਪਰ ਮੰਥ ਨਾਲ ਕਿਤੇ ਸਾਲ ਨਾ ਸਮਝ ਲਿਓ ਬਾਕੀ ਵੈਰਾਇਟੀ ਤਾਂ ਬਹੁਤ ਆ ਸਭ ਤੋਂ ਬੈਸਟ ਅੱਜ ਕੱਲ ਚੱਲ ਰਿਹਾ ਲੈਨੋਵੋ ਦਾ ਤੇ ਬਾਕੀ ਜਿਹਨੇ ਇੰਡੀਆ ਤੋਂ ਲੈ ਕੇ ਆਉਣਾ ਉਹ ਆਪਣਾ ਮਾਈਕਰੋਸੋਫਟ ਨਾਲ ਲੈ ਕੇ ਆਇਓ ਇੱਥੇ $80 ਭਰਨੇ ਪੈਂਦੇ ਨਹੀਂ ਫਿਰ ਇੰਡੀਆ ਸਸਤਾ ਮਿਲ ਜਾਂਦਾ ਸਹੀ ਗੱਲ ਆ ਬਾਕੀ ਜੇ ਤੁਸੀਂ ਮੈਕਬੁੱਕ ਦੇ ਅੱਧੇ ਚਾਹਵਾਨ ਹੁੰਦੇ ਹੋ ਉਹ ਥੋੜੀਆਂ ਜਿਹੀਆਂ ਮਹਿੰਗੀਆਂ ਬਾਈ ਲੈ ਤੁਸੀਂ ਸਕਦੇ ਹੋ ਹਾਂ ਬਾਈ ਰਾਜਦੀਪ ਦੱਸ ਫਿਰ ਮਾੜਾ ਮੋਟਾ ਹੁਣ ਫੋਨਾਂ ਬਾਰੇ ਦੱਸ ਚੱਲਣਾ ਆਪਾਂ ਫੋਨ ਸਸਤੇ ਇੰਡੀਅਨ ਨਾਲੋਂ ਜੇ ਆਪਾਂ ਇੰਡੀਆ ਦੇ ਹਿਸਾਬ ਨਾਲ ਦੇਖੀਏ ਇੰਡੀਆ ਆਪਾਂ ਨੂੰ ਕਿੰਨੇ ਦਾ ਪੈਂਦਾ 15 ਪ੍ਰੋ 140 ਅਤੇ 130 ਇੰਨੇ ਕੁ ਤਾਂ ਹੀ ਹੋਊਗਾ ਯਾਰ ਇੱਥੇ ਆਪਾਂ ਨੂੰ ਹੈਗਾ 1400 1450 ਦਾ ਸੌਦਾ ਮਤਲਬ ਅਤੇ ਉਹ 'ਚ ਵੀ ਅਲੱਗ ਅਲੱਗ ਆਪਣੇ ਕੋਲ ਪਲੈਨਸ ਆ ਅਲੱਗ ਅਲੱਗ ਪਲੈਨਸ ਆ ਜਿਵੇਂ ਰੋਜਰਸ ਦਾ $15 ਪਰ ਮੰਥ ਬੈੱਲ ਦਾ 31 ਟੈਲਸ 33 ਅਤੇ ਫਰੀਡਮ ਦਾ 30 ਪਰ ਮੰਥ ਸਭ ਤੋਂ ਫਿੱਟ ਜੇ ਆਪਾਂ ਦੇਖਣਾ ਤਾਂ ਰੋਜਰਸ ਰੋਜਰਸ 15 ਪ੍ਰੋ 128 GB ਉਹ ਕਿੱਧਰ ਰਹਿ ਗਏ ਆਪਣੇ ਵਾਲੇ ਉਹ
ਡਿਮਰ ਦੇਖ ਰਹੇ ਆ ਇਧਰ ਐਲ ਈ ਡੀ ਸਿਸਟਮ ਹੈ ਦੇਖ ਸਕਦੇ ਤੁਸੀਂ ਐਲ ਈ ਡੀ ਵੀ ਬਹੁਤ ਸਸਤੇ ਨੇ ਇੱਥੇ ਪ੍ਰਿੰਟਰ ਵਗੈਰਾ ਵੀ ਮਿਲ ਜਾਂਦੇ ਆ ਉਹੀ $300 ਦਾ ਇੰਡੀਆ ਦਾ ਸਸਤਾ ਬਾਬਾ ਜੀ ਜੋ ਆ ਇਲੈਕਟ੍ਰੋਨਿਕ ਸਮਾਨ ਸਾਰਾ ਇੱਥੋਂ ਆ ਕੇ ਲਓ ਬੈਸਟ ਬਾਏ ਬਾਕੀ ਅੱਧੇ ਨੇ ਆਪਣੀ ਆਪਣੀ ਚੋਇਸ ਹੁੰਦੀ ਆ ਹੋਰ ਵੀ ਕਿਤੇ ਜਾ ਸਕਦੇ ਹੋ ਤੁਸੀਂ ਇੱਧਰ ਮੈਮਰੀ ਕਾਰਡਸ ਆ ਗਏ ਜੇ ਮੈਮਰੀ ਕਾਰਡ ਦਾ ਮੈਮਰੀ ਕਾਰਡ ਵੀ ਲੈ ਸਕਦੇ ਹੋ ਗੁਰਪਿੰਦਰ ਬਾਈ ਬੁਲਾਉਂਦਾ ਆ ਜਾ ਇਹ ਰਹੇ ਜੀ ਆਈਪੈਡ ਪ੍ਰੋ ਰੇਟ ਇਹਨਾਂ ਦੀ ਬਹੁਤ ਸਸਤੇ ਆ ਇਹ ਹੈੱਡਫੋਨਸ ਆ ਗਏ ਇੱਧਰ ਡਿਸਕਸ਼ਨ ਚੱਲੀ ਜਾਂਦੀਆਂ ਮੁੰਡਿਆਂ ਦੀਆਂ ਕਹਿੰਦੇ ਕੀ ਬਣਦਾ ਵਾਚ ਐਪਲ ਵਾਚ ਦੇਖ ਸਕਦੇ ਹੋ ਬਹੁਤ ਹੀ ਵਧੀਆ ਕੈਮਰਾਸ ਇੱਧਰ ਮੁੰਡੇ ਹੋ ਰਹੇ ਹੈਗੇ ਆਇਆ ਕੋਈ ਪਸੰਦ ਕੁਛ ਆਇਆ ਫਿਰ ਚੈੱਕ ਕਰ ਰਹੇ ਠੀਕ ਆ ਜਲਦੀ ਕਰੋ ਪਸੰਦ ਫਿਰ ਮੁੰਡੇ ਕਹਿੰਦੇ ਟ੍ਰਿਮਰ ਪਸੰਦ ਕਰ ਰਹੇ ਆ ਅੱਗੇ ਦੇਖੋ ਕੀ ਬਣਦਾ ਕੀ ਲੈਣਗੇ ਕੀ ਨਹੀਂ ਲੈਂਦੇ ਦੇਖਦੇ ਆ ਬਾਕੀ ਕੀ ਦੇਖਣਾ ਗੁਰਪਿੰਦਰ ਹੁਣ ਬ੍ਰਦਰ ਮੈਂ ਏਅਰਪੋਰਟਸ ਦੇਖ ਰਿਹਾ ਸੀ ਯਾਰ ਸਿਲੈਕਟ ਕਰਾਉਂਗੇ ਸੈਕੰਡ ਰੇਸ਼ਨ ਥਰਡ ਰੇਸ਼ਨ ਤੇ ਆ ਪ੍ਰੋ ਆ ਥਰਡ ਠੀਕ ਆ ਵਿਚਾਲੇ ਹੀ ਆ ਜਾਂਦਾ ਬਸ ਠੀਕ ਆ ਥਰਡ ਜਨਰੇਸ਼ਨ ਚੱਕ ਲਿਆ ਆਪਾਂ ਯਾਰ ਥਰਡ ਜਨਰੇਸ਼ਨ ਲੈਣੀ ਆ ਹਾਂਜੀ ਮੈਨੂੰ ਵਧੀਆ ਕੰਫਰਟੇਬਲ ਲੱਗੇ ਕੰਫਰਟੇਬਲ ਆ ਓਕੇ ਠੀਕ ਆ ਹੋਰ ਕਿਵੇਂ ਲੱਗਿਆ ਤੁਹਾਨੂੰ ਅੱਜ ਆ ਕੇ ਇੱਥੇ ਬਹੁਤ ਵਧੀਆ ਲੱਗਿਆ ਹੈ ਇੱਥੇ ਚੀਜ਼ਾਂ ਸਸਤੀਆਂ ਮੈਂ ਲੋਕਾਂ ਨੂੰ ਇਹ ਐਡਵਾਈਸ ਕਰਦਾ ਵੀ ਜ਼ਿਆਦਾ ਯਾਰ ਇੱਥੇ ਬੈਸਟ ਬਾਏ ਆ ਉਹ ਤੇ ਚੀਜ਼ਾਂ ਲੱਗਦੀਆਂ ਤੁਸੀਂ ਸੁਝਾਅ ਦੇਣਾ ਚਾਹੋਗੇ ਕੋਈ ਕਈ ਚੀਜ਼ਾਂ ਬਈ ਵਾਲਮਾਰਟ 'ਚ ਵੀ ਸਸਤੀਆਂ ਨੇ ਪਰ ਕਈ ਬੈਸਟ ਬਾਏ ਇੱਥੇ ਸਾਨੂੰ ਵਧੀਆ ਲੱਗਿਆ ਵੈਸੇ ਰਾਜਾ ਜੀ ਤੁਹਾਨੂੰ ਕਿਵੇਂ ਲੱਗਿਆ ਰਿਵਿਊ ਹੋਊਗਾ ਉਹ ਸਭ ਨੂੰ ਪਸੰਦ ਆ ਰਾਜਾ ਤੁਹਾਨੂੰ ਕਿਵੇਂ ਲੱਗਿਆ ਬੈਸਟ ਬਾਏ ਵਧੀਆ ਲੱਗਿਆ ਕਿ ਵਾਲਮਾਰਟ ਵਗੈਰਾ ਤੁਹਾਨੂੰ ਕਿਵੇਂ ਲੱਗਿਆ ਕੰਪੈਰੀਜ਼ਨ ਜੇ ਤੁਸੀਂ ਚੀਜ਼ ਲੈਣੀ ਹੋਵੇ ਨਾ ਉਹਦਾ ਕੰਪੈਰੀਜ਼ਨ ਕਰ ਲਵੇ ਜਿਹੜੀ ਦੂਜੋ ਸਸਤੀ ਮਿਲੇ ਉਹਦੇ ਲੈ ਲਵੇ ਤਾਂ ਕਿ ਆਨਲਾਈਨ ਵੀ ਚੈੱਕ ਕਰਦਾ ਰਹੇ ਯੈਸ ਕੈਨੇਡਾ ਦੇ ਨਾ ਹਰੇਕ ਸਟੋਰ ਦਾ ਵੱਖਰਾ ਵੱਖਰਾ ਪ੍ਰਾਈਸ ਹੈ ਰਾਜੇ ਤੂੰ ਕੈਮਰਾ ਲੈ ਆਂਦਾ ਇਸ ਫੋਟੋ ਫੋਟੋ ਖਿੱਚਣੇ ਤੇ ਆਪਾਂ ਇਹ ਸਾਰੇ ਉਹਦੇ ਵੈਸੇ ਸਵਾਦ ਹੀ ਲੈਣ ਆਏ ਸੀ ਲੱਤਾਂ ਦੇ ਉੱਤੇ ਨਾ ਸਾਡਾ ਕੁਝ ਨਹੀਂ ਆਦੇ ਲਾ 15 ਪ੍ਰੋ ਵਾਲਾ ਜਾਂਦਾ ਸਭ ਤੋਂ ਪਿੱਛੇ ਆ ਲੈਪਟਾਪ ਲੈਣਾ ਸੀ ਉਹ ਬਾਈ ਨੇ ਏਅਰਪੋਰਟ ਲੈ ਲੇ ਬਾਈ ਹਾਂਜੀ ਹਾਂਜੀ ਬਈ ਲੈ ਲੇ ਉਹ ਫੇ ਜੇਬ ਚ ਪਾਏ ਹੋਏ ਆ ਨਹੀਂ ਨਹੀਂ ਕੱਢੀ ਨਾ ਕੱਢੀ ਨਜ਼ਰ ਲਾ ਜੂ ਇਹਨੇ ਸ਼ਿਫਟ ਤੇ ਲੈਣਾ ਸੀ ਲੈ ਲਿਆ ਓਏ ਯਾਰ ਇਹ ਤਾਂ ਹੋ ਗਿਆ ਬਸ ਹੁਣ ਆਪਾਂ ਚੱਲੇ ਹੁਣ ਆਪਾਂ ਚੱਲੀਏ ਐਲਸੀਡੀ ਰਾਜੇ ਆ ਜਾ ਰਾਜੇ ਬਸ ਆ ਵੀਰ ਠੀਕ ਆ ਵੀਰ ਫਿਰ ਇਹਨਾਂ ਤੂੰ ਹੁਣ ਆਏ ਨਾ ਕਹੀ ਮੈਂ ਰਿਜ਼ਿਊਮੇ ਫੜਾਉਣਾ ਕਹਿੰਦੇ ਸੀ ਯੂਅਰ ਮੈਨੇਜਰ ਉਹ ਯਾਰ ਪ੍ਰਿੰਟਰ ਲੈਣਾ ਸੀ ਉਹ ਵੀ ਲੈ ਲਿਆ ਏਅਰਪੋਰਟ ਲੈ ਲਿਆ ਉਹ ਵੀ ਲੈ ਲਿਆ ਫੋਨ ਵੀ ਲੈ ਲਿਆ ਲੈਪਟਾਪ ਵੀ ਲੈ ਲਿਆ ਹੁਣ ਐਲਈਡੀ ਲੈਣੀ ਬਸ ਫਿਰ ਮੇਰੀ ਗੱਲ ਸੁਣੋ ਫਿਰ ਕੱਲੂ ਫਿਰ ਉਹ ਯੂ ਹਾਲ ਵਾਲਾ ਟਰੱਕ ਲੈ ਆਵਾਂਗੇ ਨਹੀਂ ਗੱਡੀ ਨਹੀਂ ਨਹੀਂ ਯੂ ਹਾਲ ਵਾਲਾ ਟਰੱਕ ਵਧੀਆ ਫਿਰ ਆਪਾਂ ਜਿਹੜੀ ਆ ਅੱਜ ਬੜੀ ਚੱਕਣੀ ਐ ਐਲਈਡੀ ਹਾਂ ਯੂ ਹਾਲ ਵਾਲਾ ਟਰੱਕ ਲੈ ਆਵਾਂ ਕੱਲ ਨੂੰ ਉਹਦੇ ਚ ਲੈ ਜਾਾਂਗੇ ਰੱਖ ਕੇ ਓਕੇ ਜੀ ਵਧੀਆ ਰਹੂਗਾ ਕੰਫਰਟੇਬਲ ਹੋ ਜਾਾਂਗੇ ਨੇ ਐ ਲੈ ਜਾਣਾ ਸਾਰਾ ਮੈਨੂੰ ਤੇਰੇ ਝਲਕ ਪਤਾ ਕਿਹਦੀ ਪਈ ਜਾਂਦੀ ਅੱਜ ਏਪੀ ਢਿੱਲੋ ਦੀ ਪਈ ਜਾਂਦੀ ਆ ਲੈ ਹੁਣ ਆ ਵੀ ਲੈਣਾ ਘੈਂਟ ਤਾਂ ਵੀਰ ਸਾਰੀ ਆ ਮੇਰੇ ਬੱਸ ਆ 10 ਮਿੰਟ ਚ ਆ ਜਾਓ ਚੱਲੀਏ ਆ ਜਾਓ ਆ ਜਾਓ ਆਇਆ ਰਾਜੀ ਬੱਸ ਆਪਣੀ ਚਲੋ ਬਾਈ ਤੁਹਾਨੂੰ ਮਿਲਦੇ ਆ ਬਾਹਰ ਜਾ ਕੇ ਉੱਲੇ ਪਿੱਛੇ ਹੋ ਜਾ ਪਿੱਛੇ ਹੋ ਜਾ ਪਿੱਛੇ ਪਿੱਛੇ ਆ ਓਹੋ ਰਾਜਾ ਆ ਜਾ ਕਿਤੇ ਨਹੀਂ ਜੰਮਦਾ ਤੂੰ ਲੈ ਰਾਜੀ ਟੌਰ ਦੇਖੋ ਏ ਜਿਹੜੀ ਪਰਨੇ ਦੇ ਉੱਤੇ ਜੀ ਟੋਪੀ ਲੈ ਗਿਆ ਨਾ ਹਾਂ ਇਹ ਵੀ ਕਮਾ ਗਿਆ ਜਿਹੜੇ ਦਸਤਾਨੇ ਪਾੜੇ ਓਏ ਉਹ ਬੱਸ ਸਟਾਪ ਦੇ ਕਿੱਥੇ ਆ ਮੜਾ ਜਾ ਉਹ ਦੇਖ ਲੈ ਤੂੰ ਕੱਢ ਲੈ ਫੋਨ ਜਾਂ ਨੂੰ ਬੱਸ ਲੰਘੀ ਨਹੀਂ ਆ ਲੋਕ ਕਹਿੰਦੇ ਮੁੰਡੇ ਉਹ ਸਨੋ ਯਾਰ ਬਾਲ ਕਟਾਏ ਜਾਣਾ ਕੱਲ ਬਾਈ ਅੱਖਾਂ ਨਹੀਂ ਖੋਲਦੀਆਂ ਬੜੀ ਹਵਾ ਚੱਲਦੀ ਆ ਬਹੁਤ ਹਵਾ ਚੱਲਦੀ ਆ ਬਾਈ ਕੈਨੇਡਾ ਬਸ ਕੀ ਕਹਿ ਸਕਦੇ ਹਾਂ ਅਸੀਂ ਕੈਨੇਡਾ ਸਾਰੇ ਪਾਸੋਂ ਹੀ ਕਹ ਲਓ ਵੀ ਹੋਪਲੈਸ ਹੋਇਆ ਪਿਆ ਵੈਦਰ ਪਾਸੋਂ ਵੀ ਰਾਜਦੀਪ ਕਹਿੰਦਾ ਮੈਨੂੰ ਕੰਮ ਦਵਾ ਦਿਓ ਹੈ ਇਟਸ ਵੈਰੀ ਹਾਰਡ ਟੂ ਸਰਵਾਈਵ ਇਨ ਕੈਨੇਡਾ ਚਲ ਕੋਈ ਨਾ ਕਿੰਨਾ ਟਾਈਮ ਇਹ ਵੱਧ ਤੋਂ ਵੱਧ 10 ਕਿ ਦਿਨ 10 ਦਿਨ
ਇਹਦਾ ਤੂੰ ਬਹੁਤਾ ਕਹਿਤਾ ਹੋਵੇ ਹੋਰ ਕਰ ਵੀ ਸਕਦੇ ਆਪਣੀ ਉਹ ਤੇਰੀ ਖੁੱਬ ਜੇ ਇਧਰ ਯਾਰ ਤੇਰਾ ਓਏ ਬੂਟ ਤਾਂ ਦੂਏ ਪਾਏ ਆਉਂਦੇ ਠੀਕ ਹੈ ਨਾ ਠੰਡ ਲੱਗਦੀ ਹੈ ਸਾਨੂੰ ਲੈ ਬੱਸ ਸਟਾਪ ਪਹੁੰਚੇ ਉਹ ਆਪਣਾ ਆ ਗਿਆ ਬੱਸ ਸਟਾਪ ਆ ਗਿਆ ਕਹਿੰਦੇ ਕਹਿੰਦੇ ਜਮਾ ਹੀ ਨੇੜੇ ਆ ਇੱਥੋਂ ਬੱਸ ਬੱਸ ਤੋਂ ਬਾਅਦ ਫੜ ਕੇ ਅਸੀਂ ਬੱਸ ਅਸੀਂ ਜਾਵਾਂਗੇ ਫਿਰ ਟਾਊਨ ਸੈਂਟਰ ਗੱਲ ਬੜ ਟਾਊਨ ਸੈਂਟਰ ਆਪਾਂ ਆਪਣੇ ਘਰੇ ਫਿਰ ਆਪਾਂ ਆਪਣੇ ਘਰੇ ਦੇਖਦੇ ਆ ਜਾ ਕੀ ਬਣਦਾ ਮਾਹੌਲ ਘਰੇ ਘਰੇ ਹਜੇ ਰੋਟੀ ਵੀ ਲਾਉਣੀ ਆ ਜਾ ਕੇ ਆਟਾ ਗੁੰਨਣਾ ਕਹਿੰਦੇ ਆਟੇ ਪਾਣੀ ਜ਼ਿਆਦਾ ਪੈ ਜਾਂਦਾ ਮਲਕੀਤ ਬਾਈ ਘੱਟ ਪੈ ਜਾਂਦਾ ਮਲਕੀਤ ਆ ਗਿਆ ਕੀ ਕਰ ਸਕਦੇ ਮਲਕੀਤ ਬਾਈ ਮਲਕੀਤ ਬਾਈ ਨੇ ਤਾਂ ਸ਼ਿਫਟ ਤੇ ਆ ਉਹ ਕਹਿੰਦੇ ਲੇਟ ਆਉਣਾ 11 ਵਜੇ ਕੀ ਹੋ ਗਿਆ ਕਰਪਿੰਦਰ ਬਾਈ ਪਿੱਠ ਜੀ ਕਦੇ ਕਰੀ ਜਾਂਦਾ ਹਵਾ ਵੱਲ ਨੂੰ ਪਿੱਠ ਜੀ ਕਦੇ ਚੱਕ ਰਾਜੇ ਸੁਣੋ ਇਹ ਸੁਣੋ ਠੀਕ ਹੈ ਠੀਕ ਹੈ ਠੀਕ ਹੈ ਓਕੇ ਹਾਂਜੀ ਹੁਣ ਅਸੀਂ ਪਹੁੰਚ ਚੁੱਕੇ ਹਾਂ ਬੱਸ ਬੱਸ ETS ਕਰਪਿੰਦਰ ਬਾਈ ਉਹ ਵੀ ਸਾਡੇ ਨਾਲ ਨੀਂਦ ਆਈ ਜਾਂਦੀ ਹੈ ਬਾਈ ਬਾਈ ਨੀਂਦ ਆਈ ਜਾਂਦੀ ਹੈ ਰੋਟੀ ਖਾਦੀ ਮਟਰ ਪਨੀਰ ਨਾਲ ਡੱਕੇ ਆ ਪਨੀਰ ਨਾਲ ਸਾਰੇ ਜਾਂਦੇ ਪਨੀਰ ਨਾਲ ਡੱਕੇ ਆ ਜੋਬਰ ਕਹਿੰਦੇ ਆ ਜਿਹੜਾ ਅੱਜ ਥੋੜੀ ਦੱਬਦੇ ਆ ਬਾਕੀ ਭੈਣਾਂ ਨੇ ਹੁਣ ਤਾਂ ਤੁਰੇ ਖੁਸ਼ ਠੰਡ ਚ ਉਹ ਜੀ ਅਸੀਂ ਆ ਕੇ ਬੱਸ ਸਟਾਪ ਤੇ ਮਿਲਵੁੱਡ ਟਾਊਨ ਸੈਂਟਰ ਅਗਲਾ ਬਲੌਗ ਲੈ ਕੇ ਜਲਦੀ ਆਉਣੇ ਅਸੀਂ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਹਾਂ।